ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਉਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਫਤਿਹਗੜ੍ਹ ਸਾਹਿਬ ਹੈ ਜਿਹੜੇ ਸ਼ਹੀਦ ਦੀ ਦਿਹਾੜੇ ਆ ਜਿਹੜੇ ਉਹ ਚੱਲ ਰਹੇ ਆ ਹਰੇਕ ਸਾਲ ਦੀ ਤਰ੍ਹਾਂ। ਇਸ ਸਾਲ ਵੀ ਅਸੀਂ ਜਿਹੜਾ ਲੰਗਰ ਆ ਆਪਣਾ ਫਤਿਹਗੜ੍ਹ ਸਾਹਿਬ ਲੈ ਕੇ ਜਾਵਾਂਗੇ ਜੀ। ਸੋ ਅੱਜ ਰਾਜਪੁਰੇ ਆਏ ਹੋਏ ਜੀ ਸਮਾਨ ਲੈਣ ਦਾ, ਵੀ ਸਮਾਨ ਸਮੂਨ ਛੋਟਾ ਮੋਟਾ ਜਿਹਾ ਸਾਰਾ ਅੱਜ ਅਸੀਂ ਲੈਣ ਆਏ। ਅੱਜ ਕੀ ਕਰ ਰਹੇ ਹਾਂ ਤੁਹਾਨੂੰ ਸਾਰੇ ਆਪਣੇ ਪਿੰਡ ਦੇ ਜਿਹੜੇ ਆਪਣੇ ਪ੍ਰਧਾਨ ਸਾਹਿਬ ਉਹਨਾਂ ਸਾਰਿਆਂ ਨਾਲ ਤੁਹਾਨੂੰ ਮਿਲਾਵਾਂਗੇ, ਕਲੱਬ ਮੈਂਬਰਾਂ ਨਾਲ ਮਿਲਾਵਾਂਗੇ ਵੀ ਕੀ ਆਪਾਂ ਅੱਜ ਸਮਾਨ ਲੈ ਕੇ ਜਾਵਾਂਗੇ, ਉਹਨਾਂ ਨਾਲ ਗੱਲਬਾਤ ਕਰਾਵਾਂਗੇ ਅਤੇ ਅੱਜ ਉਹ ਵੀਡੀਓ ਕਰਦੇ ਸ਼ੁਰੂ। ਵੀਡੀਓ ਜ਼ਰੂਰ ਦੇਖਿਓ, ਸਾਰੀ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ। ਵੀਡੀਓ ਵਧੀਆ ਮਤਲਬ ਇੰਟਰਸਟਡ ਹੋਊਗੀ ਅੱਜ ਅਤੇ ਅੱਜ ਲੜਿਆ ਨਾ ਕਰੋ ਤੇ ਪਿੰਡ ਦੇ ਸਾਡੇ ਸੇਵਾਦਾਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਮਹਾਰਾਜ ਦੀ ਕਿਰਪਾ ਨਾਲ ਜੋ ਸ਼ਹੀਦੀ ਜੋੜ ਮੇਲੇ 'ਤੇ ਲੰਗਰ ਚੱਲਦਾ ਹੈ, ਸਾਡੇ ਨਗਰ ਵੱਲੋਂ 60-65 ਸਾਲ ਪਹਿਲਾਂ ਬਜ਼ੁਰਗ ਲਾਉਂਦੇ ਹੁੰਦੇ ਸੀ ਲੰਗਰ, ਅਤੇ ਹੁਣ ਸਾਡੇ ਨੌਜਵਾਨ ਲਾਉਣ ਲੱਗੇ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਧੰਨਵਾਦ। ਇਹ ਸਾਡੇ ਪਿੰਡ ਦਾ ਬਹੁਤ ਇੱਛਾ ਹੈ, ਕੋਈ ਪਾਰਟੀਬਾਜ਼ੀ ਨਹੀਂ ਰੱਖਦੇ ਇਹ ਨੌਜਵਾਨ। ਇਹਨਾਂ ਨੇ ਹਰੇਕ ਸਾਲ ਦੀ ਤਰ੍ਹਾਂ ਹਰੇਕ ਸਾਲ ਦੀ ਛੋਟੇ ਬੱਚੇ ਯੋਗਦਾਨ ਆ, ਇਹਨਾਂ ਨੂੰ ਇੰਨਾ ਉਤਸ਼ਾਹ ਹੈ ਕਿ ਰੈਲੀ ਕਰਕੇ ਹੋਰ ਦੇਖ ਕੇ ਬੱਚੇ ਵੀ ਇਹਨਾਂ ਨੂੰ ਨਾਲ ਲੱਗਦੇ ਆ। ਇਹ ਬਹੁਤ ਮਤਲਬ ਹਰੇਕ ਸਾਲ ਉਹਦੇ ਲਈ ਚੰਗੀ ਡਿਊਟੀ ਨਿਭਾ ਰਹੇ ਆਪਣੀ। ਹਾਂ, ਬਹੁਤ ਵਧੀਆ ਡਿਊਟੀ ਨਿਭਾਉਂਦੇ ਹਾਂ ਹਰੇਕ ਸਾਲ। ਬਾਕੀ ਜਿਵੇਂ ਤਾਈ ਨੇ ਦੱਸਿਆ ਕਿ 60-65 ਸਾਲ ਹੋ ਗਏ ਸਾਡੇ ਬਜ਼ੁਰਗਾਂ ਨੇ ਫਤਿਹਗੜ੍ਹ ਸ਼ਹੀਦੀ ਜੋੜ ਮੇਲੇ 'ਤੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ, ਅਤੇ ਜਿਉਂ ਜਿਉਂ ਬਜ਼ੁਰਗਾਂ ਤੋਂ ਅਗਲੀ ਪੀੜ੍ਹੀ ਤੋਂ ਐਤਕੀ ਵਾਧੀ ਵਾਧੀ ਹੁਣ 2-5-4 ਸਾਲ ਹੋ ਗਏ ਇਹ ਸੇਵਾ ਅਸੀਂ ਨਿਭਾ ਰਹੇ ਹਾਂ। ਅੱਗੇ ਨੌਜਵਾਨ ਸਾਡੇ ਬਾਈ ਹੋਣੀ ਬੜੇ ਬੈਠੇ ਨੇ, ਅਤੇ ਅੱਜ ਅਸੀਂ 2-3 ਦਿਨ ਹੋ ਗਏ ਕਣਕ ਦੀ ਸੇਵਾ ਪਿੰਡ 'ਚੋਂ ਇਕੱਠੀ ਕੀਤੀ ਆ, ਅਤੇ ਅੱਜ ਇਹਨੂੰ ਪਿਹਾਉਣ ਚੱਲੇ ਹਾਂ। ਅਤੇ ਘੱਟੋ ਘੱਟ 3 ਦਿਨ ਅਸੀਂ ਲੰਗਰ ਲਾਉਂਦੇ ਹਾਂ ਫਤਿਹਗੜ੍ਹ ਸਾਹਿਬ, ਅਤੇ ਲੋਕਾਂ ਨੇ ਇੰਨਾ ਉਤਸ਼ਾਹ ਅਸੀਂ ਲਾਇਆ ਦਿੰਦਾ ਸਾਡਾ ਠੰਡ ਲੱਗਦੀ ਹੈ। ਗੱਡੀ ਸਾਈਡ ਪਰ ਲਾ ਲਓ, ਗਰਮਾ ਗਰਮ ਕੜੀ ਚੌਲ ਹਿੰਦੀ ਦੁਨੀਆਂ ਚੱਲ ਕੇ ਆਉਂਦੀ ਹੈ ਤਾਂ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ। ਦੁਨੀਆਂ ਦੇ ਵਿੱਚ ਕੋਈ ਇਹੋ ਜਿਹਾ ਇਤਿਹਾਸ ਪੈਦਾ ਨਹੀਂ ਹੋਇਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਛੋਟੀ ਉਮਰੇ ਸ਼ਹੀਦੀਆਂ ਪਾਤੀਆਂ। ਦਾਦੀ ਮਾਂ ਨੇ ਬਾਰ ਬਾਰ ਇਹ ਸਮਝਾਇਆ ਸੀ ਬੱਚਿਓ, ਕਿਸੇ ਦੇ ਝੁਕੇ ਨਾ, ਕਿਸੇ ਦੇ ਘਬਰਾ ਲੈਣਾ, ਸੁੱਤੇ ਪਾਪੀ ਨੂੰ ਖੁੰਝੇ ਲਾ ਕੇ ਤੁਸੀਂ ਸੁੱਤੇ ਪਾਪੀ ਨੂੰ ਤੁਸੀਂ ਤੁਸੀਂ ਦਸ਼ਮੇਸ਼ ਪਿਤਾ ਜੀ ਦੇ ਪੁੱਤਰ ਹੋ। ਪਹੁੰਚ ਗਏ ਜੀ ਰਾਜਪੁਰੇ। ਕਣਕ ਉਰੇ ਵੇਚ ਕੇ ਆਪਣੀ ਤਕਰੀਬਨ ਲੰਗਰ ਦੇ ਵਿੱਚ 7-8 ਕੁਇੰਟਲ ਆਟਾ ਲੱਗ ਜਾਂਦਾ 3 ਦਿਨ ਦੇ ਵਿੱਚ, ਤੇ ਜਿੰਨਾ ਦਾ ਕਣਕ ਦਾ ਹੋਊਗਾ ਮਤਲਬ 7-8 ਦਾ ਤਾਂ ਆਪਾਂ ਕੁਇੰਟਲ ਆਟਾ ਲੈ ਜਾਣਾ। ਬਾਕੀ ਜਿਹੜੀ ਕਣਕ ਹੋਊਗੀ ਉਹ ਉਰੇ ਜਿਵੇਂ ਰੇਟ ਹੋਊਗਾ ਉਸ ਹਿਸਾਬ ਨਾਲ ਠੀਕ ਹੈ।
ਹਾਂਜੀ ਆਪਾਂ ਰੇਟ ਕਰਵਾ ਲਿਆ ਜੀ, ਆਪਾਂ ਕਣਕ 1950 ਨੂੰ ਵਿਕ ਰਹੀ ਆ ਤੇ ਆਪਾਂ ਨੂੰ ਉਹਦੇ ਬੱਟੇ ਆਟਾ 2300-2350 ਰੁਪਏ ਨੂੰ ਦੇ ਰਹੇ ਨੇ। ਹਾਂਜੀ ਇਹਦਾ ਟਾਈਮ ਦੀ ਬੱਚਤ ਬਹੁਤ ਹੋ ਗਈ, ਇੱਥੋਂ ਆਪਾਂ ਕਣਕ ਚਿੱਟੀ ਤੇ ਇੱਥੋਂ ਹੀ ਆਪਾਂ ਨੂੰ ਆਟਾ ਮਿਲ ਗਿਆ ਨਾਲ ਦੀ ਨਾਲ। ਹਾਂਜੀ ਆਟਾ ਪਿਆ ਤੋਂ ਬਾਅਦ ਆਪਾਂ ਫਿਰ ਸੌਦੇ ਲਵਾਂਗੇ, ਜੋ ਵੀ ਆਪਾਂ ਨੂੰ ਚਾਹੀਦਾ ਉੱਥੇ ਲੰਗਰ ਲਾਉਣ ਵਾਸਤੇ ਜੋ ਵੀ ਸਮਾਨ ਅਗਰ ਉਹ ਲੈ ਸਬਜ਼ੀ ਸੁਬਜ਼ੀ ਦਾ ਉਹ ਜੋ ਵੀ ਹੈਗਾ ਸਾਰਾ ਸਮਾਨ ਸਬਜ਼ੀ ਵਗੈਰਾ ਹੋ ਗਿਆ ਸਾਰਾ। ਅਤੇ ਇਸ ਤੋਂ ਬਾਅਦ ਜੋ ਸਬਜ਼ੀਆਂ ਲੈਣ ਜਾਵਾਂਗੇ ਅਤੇ ਉੱਥੇ ਤੁਹਾਨੂੰ ਸਾਰੀ ਜੁੱਕ ਗਈ। ਕਿੰਨਾ ਹੋ ਗਿਆ ਵਜਨ ਕੁੱਲ? ਮੇਰੇ 19 ਕੁਇੰਟਲ 88 ਕਿਲੋ ਆਪਣਾ ਵਜਨ ਹੋ ਗਿਆ। ਠੀਕ ਹੈ। ਅਤੇ ਜਿਹੜੇ ਥੈਲਿਆਂ ਦੇ ਵਿੱਚ ਆਏ ਤੇ ਫਿਰ ਸੇਠ ਜੀ ਕਹਿੰਦੇ ਵੀ ਅਸੀਂ ਥੈਲੇ ਤੋਲਣੇ ਆ, ਥੈਲਿਆਂ ਦਾ ਵਜਨ ਹੁਣ ਜਿੰਨਾ ਹੋਊਗਾ ਇਹ ਆਪਣਾ 19 ਕੁਇੰਟਲ 88 ਕਿਲੋ ਚੋਂ ਮਿਹਨਤ ਹੋ ਜਾਣਾ। 6 ਕਿਲੋ ਦਾ ਗੇਟ, 6 ਕਿਲੋ ਦੇ ਕਰੀਬ ਹੋ ਗਿਆ ਥੈਲਿਆਂ ਦਾ। 6 ਕਿਲੋ ਥੈਲਿਆਂ ਦੇ ਵਿੱਚੋਂ ਆਪਾਂ ਘਟਾ ਦੇਣਾ ਕਣਕ ਦਾ, ਇੱਕ ਆਪਾਂ ਘਟਾ ਦੇਣਾ ਜੀ ਕਣਕ। 19-88 ਕਿਲੋ ਹੋ ਗਿਆ ਤਾਂ ਵਿੱਚੋਂ 6 ਮਿਹਨਤ ਕਰਦੇ ਤੇ 19-82 ਆਪਣਾ ਪਿੱਛੇ ਰਹਿ ਗਿਆ, ਕੁੱਲ 82 ਰਹਿ ਗਿਆ। ਤੇ ਜੋ ਆਪਾਂ ਬਾਕੀ ਆਟਾ ਲੈ ਕੇ ਜਾਣਾ ਜੀ। ਆਟਾ ਕਿੰਨਾ ਹੈ? ਆਟਾ ਆਪਾਂ 6 ਕੁਇੰਟਲ ਲੈ ਕੇ ਜਾਣਾ ਜੀ। ਠੀਕ ਹੈ। ਕਿੰਨਾ ਰਹਿ ਗਿਆ? 19-80। ਆਟਾ ਪਿਆ ਲਿਆ ਉਧਰੋਂ ਚੱਕ ਲਿਆ, ਪਿਛਲੇ ਸਾਲ ਵੀ ਇਹਨਾਂ ਤੋਂ ਲੈ ਕੇ ਗਏ ਤੇ ਆਪਾਂ ਫਿਰ ਤੁਸੀਂ ਰੇਟ ਜ਼ਿਆਦਾ ਲਾ ਦਿੰਦੇ ਤਾਂ ਨਹੀਂ ਆਉਂਦੇ ਅਸੀਂ, ਟੁਕੜੇ ਟੁਕੜੇ ਲੈ ਕੇ ਜਾਣੇ ਥੱਲੇ ਪਾਉਣ ਨੂੰ। ਰੱਸੀ ਰੱਸੀ ਡਬਲ ਲੱਗੇ ਜੀ, ਦੋ ਰੱਸੀਆਂ ਹੋ ਗਈਆਂ। ਬਹੁਤੀ ਬਰੀਕ ਵੀ ਫਿਰ ਹੱਥਾਂ 'ਚ ਚੁਭੀ ਜਾਂਦੀ ਆ ਹਨਾ। ਮੈਂ ਥੱਲੇ ਵਾਲੀ ਰੱਸੀ ਨਹੀਂ ਚੱਲਣੀ। ਹੈਲੋ ਚਾਦਰਾਂ ਆਪਣੀ ਟੀਮ ਜਦੀ ਤਿਆਰ ਹੋ ਜਾਂਦੀ ਆ। ਆ ਜਾ ਥੱਲੇ ਆ ਜਾ, ਛੱਡ ਦਿਆ ਕਰੂਗੀ। ਤੇ ਕਾਫੀ ਸਮਾਨ ਲੈ ਲਿਆ ਜੀ ਹੁਣ, ਜੋ ਮਤਲਬ ਰੜਕੇ ਰੁੜਕੇ ਹੋਰ ਆਪਣਾ ਬੇਲ ਦਾ ਸਮਾਨ ਤਾਂ ਮਾੜਾ ਮੋਟਾ ਜਿਹਾ ਕਰਦੇ, ਉਹ ਸਾਰੀਆਂ ਚੀਜ਼ਾਂ ਲੈ ਲਈਆਂ। ਹੁਣ ਇੱਧਰ ਆਪਣਾ ਜਿਹੜਾ ਹੋਰ ਸਬਜ਼ੀਆਂ ਸੁਬਜ਼ੀਆਂ ਦਾ ਕੰਮ ਹੈ ਜਿਹੜਾ, ਹੁਣ ਉਹ ਖਰੀਦ ਕਰਨੀ ਆ ਉਹਦੀ, ਹੁਣ ਦੇਖਦੇ ਹਾਂ ਵੀ ਕੀ ਸੇਵਾਦਾਰ ਖਰੀਦੇ ਨਾਲ ਲੱਗੇ ਵੀ ਅਸੀਂ ਵੀ ਛੋਟੇ ਸੇਵਾਦਾਰਾਂ ਦੇ ਤੌਰ 'ਤੇ। ਗੱਦਿਆਂ ਦੇ ਕੱਪੜੇ ਲੈਣੇ ਆ ਹੁਣ, ਗੱਦਿਆਂ ਦੇ 5 ਗੱਦੇ ਅਤੇ 5 ਕਵਰ। ਆ ਜਾ ਫਿਰ, ਆ ਜਾ ਫਟਾਫਟ, 2 ਵਜੇ ਤੋਂ ਪਹਿਲਾਂ ਪਹਿਲਾਂ ਆ ਜਾ। ਹੈਪੀ ਓ ਹੈਪੀ, ਭੁੱਖ ਲੱਗੀ ਕਿ ਨਹੀਂ? ਨਹੀਂ ਜੀ, ਹਲੇ ਨਹੀਂ ਲੱਗੀ। ਹੈਪੀ ਤਾਂ ਕਦੇ 10-12 ਰੋਟੀ ਜੰਪੋਏ ਗਈ ਜਾਂਦਾ ਕੱਦਾ, ਕਹਿੰਦਾ ਭੁੱਖ ਲੱਗੀ, ਭੁੱਖ ਤੂੰ ਖਿਲਾ ਦੇ। ਅੱਜ ਲੰਗਰ ਦੀ ਗ੍ਰਾਈ ਕਰਨ ਜਾਣਾ, ਖਾ ਕੇ ਨਹੀਂ ਆਇਆ, ਭੁੱਖਾ ਹੀ ਆਇਆ ਘਰ ਤੇ। ਇਹ ਸਵੇਰੇ ਕਹਿੰਦਾ ਰੋਟੀ ਖਾ ਕੇ ਨਹੀਂ ਹੋਣੀ, ਕਹਿੰਦਾ ਸਭ ਨੇ ਉੱਥੇ ਜਾ ਕੇ ਖਾਣੀ ਹੈ। ਬੰਦੇ ਸਕੀਮ ਖੇਲ ਕੇ ਹੌਲੇ ਹੌਲੇ ਗੱਦੇ ਦੇ ਢਾਬ ਚੱਕ ਲੈ ਗਏ, ਸਾਨੂੰ ਭਾਰੀ ਭਾਰੀ ਪੈਪ ਚਕਾਦੇ ਆ, ਲੰਗਰ ਤੇ ਸੇਵਾ ਕਰਾ ਰਹੇ ਆ। ਹੁਣ ਪੱਲੀਆਂ ਬਣਾਉਣੀਆਂ ਇੱਥੇ ਆਈ ਆ। ਲਓ ਜੀ ਬਾਬੇ, ਜਿਹੜੇ ਥੈਲਿਆਂ 'ਚ ਆਟਾ ਰਿਹਾ ਤੇ ਹੁਣਾਂ ਥੈਲੇ ਦੇਣੇ ਇੱਥੇ ਨਾਲ ਥੈਲੇ ਉਹਨਾਂ ਨੂੰ ਦੇ ਦਈਏ। ਚਲੋ ਬਾਈ, ਤੇ ਤਕਰੀਬਨ ਸਮਾਨ ਤਾਂ ਜਿਹੜਾ ਅਸੀਂ ਰਾਜਪੁਰੇ ਤੋਂ ਲੈ ਲਿਆ ਜੀ, ਹੁਣ ਚਾਲੇ ਪਾਤੇ ਘਰ ਨੂੰ, ਸੇਵਾਦਾਰ ਜੀ ਦੱਸਣਗੇ ਵੀ ਕੀ ਸਮਾਨ ਅੱਜ ਆਪਾਂ ਨੇ ਲਿਆ। ਜਿਹੜਾ ਲੰਗਰ 'ਚ ਮਤਲਬ ਸਾਡੇ ਕੋਲ ਥੁੜ ਗਿਆ ਤਾਂ ਵੀ ਹਾਂ ਪਿਛਲੇ ਸਾਲ ਨਾਲੋਂ ਇਸ ਵਾਰ ਜਿਹੜਾ ਸਾਨੂੰ ਨਵਾਂ ਲੈਣਾ ਪਿਆ। ਕੁਛ ਤਾਂ ਸੇਵਾਦਾਰਾਂ ਕੋਲੋਂ ਡਰੰਮ ਫੁੱਟ ਗਏ ਸੀਗੇ ਜੀ, ਆਹ ਪਲਾਸਟਿਕ ਵਾਲੇ ਡਰੰਮ ਆ, ਇੱਕ ਹੱਥ ਧੋਣ ਵਾਸਤੇ ਸਪੈਸ਼ਲ ਦੇਸੀ ਜਗਾੜ ਤਿਆਰ ਕਰਵਾਇਆ, ਆ ਟੁੱਟੀਆਂ ਲਵਾਈਆਂ, ਆ ਟੁੱਟੀ ਲਵਾਈਆਂ ਦੇ ਵਿੱਚ ਇਹ ਬਹੁਤ ਵਧੀਆ ਮਤਲਬ ਹੈ ਨਾ, ਜਿਵੇਂ ਟੂਰ ਤੇ ਵੀ ਆਪਾਂ ਜਾਣਾ ਤਾਂ ਵੀ ਮਤਲਬ ਇਹ ਤਾਂ ਫਿਕਸ ਹੋ ਗਿਆ ਇੱਕ ਤਰ੍ਹਾਂ ਦਾ, ਜੇ ਕੱਲ ਟੂਟੀ ਇਹ ਖਰਾਬ ਵੀ ਹੁੰਦੀ ਹੈ ਤਾਂ ਇੱਥੋਂ ਤੋਂ ਨਿਕਲ ਕੇ ਆਪਣੀ ਟੂਟੀ ਲੱਗ ਜੂਗੀ। ਚਲੋ ਇਹ ਫਾਇਦੇ ਹੋ ਗਏ। ਇੱਕ ਭੱਠੀਆਂ ਨੇ ਤੀਆਂ ਸੀਗੇ ਜੀ ਆਪਣੀਆਂ, ਉਹਨਾਂ ਦੇ ਬਰਨਰ ਕੁਝ ਖਰਾਬ ਹੋ ਗਏ ਸੀਗੇ ਤੇ ਉਹਨਾਂ ਦੀ ਸਰਵਿਸ ਕਰਾਈ ਇੱਕ ਇਹਨਾਂ ਦੇ ਵਿੱਚੋਂ, ਜਿਹੜੇ
ਮਤਲਬ ਚਾਹ ਚ ਉਬਲ ਜਾਂਦੀ ਜਿਵੇਂ ਉਹ ਵਿੱਚ ਮਤਲਬ ਜਾਮ ਹੋ ਗਈ ਤੇ ਉਹ ਭੱਠੀਆਂ ਦਾ ਕੰਮ ਕਰਾ ਲਿਆ ਅੱਜ ਆਪਾਂ ਨੇ ਆ ਟੈਂਕੀਆਂ ਨਵੀਆਂ ਬਣਵਾ ਲਈਆਂ ਤੇ ਟੁਕਰੇ ਰੋਟੀਆਂ ਵਾਸਤੇ ਹੀ ਇੱਧਰ ਆਪਾਂ ਨੇ ਨਵੇਂ ਗੱਦੇ ਲਿਆਂਦੇ ਨੇ ਨਵੇਂ ਇਹਨਾਂ ਦਾ ਕਿਰਾਇਆ ਇੱਕ ਗੱਦੇ ਦਾ ਇੱਕ ਦਿਨ ਦਾ 30-40 ਰੁਪਏ ਕਿਰਾਇਆ ਲੈਂਦੇ ਨੇ ਕਿਰਾਇਆ ਹੀ ਲੈਂਦੇ ਨੇ ਤੇ ਇਹ ਮਤਲਬ ਫਿਰ ਸੇਵਾਦਾਰ ਕਹਿੰਦੇ ਵੀ ਆਪਣੇ ਹੀ ਲੈ ਚੱਲੋ ਤਾਂ ਇਹ 100-220 ਰੁਪਏ ਦਾ ਆਪਾਂ ਨੂੰ ਇੱਕ ਗੱਦਾ ਪਿਆ ਤੇ ਕੁਛ 100 ਰੁਪਏ ਦਾ ਕਵਰ ਹੁੰਦਾ ਸੀਗਾ 300 300 ਚ ਇੱਕ ਗੱਦਾ ਪੈ ਗਿਆ ਜੀ ਆਪਾਂ ਨੂੰ ਇਹ 300-350 ਤੇ ਬਾਕੀ ਉਹ ਪੈਪ ਪਾਣੀ ਛਿੜਕਣ ਵਾਸਤੇ ਫਿਰ ਗਰਦ ਗੁਰਦ ਨੇ ਸਫਾਈ ਵਾਸਤੇ ਝਾੜੂ ਲਿੱਤੇ ਨੇ ਆਟਾ ਤੇ ਰੱਸੀਆਂ ਲਿੱਤੀਆਂ ਮਤਲਬ ਸੇਵਾਦਾਰਾਂ ਦੇ ਇੱਥੇ ਪੈਣ ਨੂੰ ਤੇ ਥੱਲੇ ਤਰਪਾਲਾਂ ਲਿੱਤੀਆਂ 18x27 ਦੀਆਂ ਟਰਾਲੀਆਂ ਵੀ ਤਿਆਰ ਕਰਨੀ ਜੀ ਤਰਪਾਲਾਂ ਲੈ ਲਈਆਂ ਜੀ ਉਹਦੇ ਵਾਸਤੇ ਵੀ ਤੇ ਉਹ ਟਰਾਲੀਆਂ ਤਿਆਰ ਹੁੰਦੀਆਂ ਵੀ ਤੁਹਾਨੂੰ ਦਿਖਾਉਂਗੇ ਤੇ ਉਹ ਤੋਂ ਬਾਅਦ ਜਿੱਦਣ ਬਾਕੀ ਅਸੀਂ ਲੰਗਰ ਚ ਜਾਣਾ ਤੇ ਉਦਣ ਦਾ ਜੋ ਮਤਲਬ ਜਿੰਨਾ ਵੀ ਸਾਰਾ ਆਪਾਂ ਤੁਹਾਡੇ ਨਾਲ ਵੀਡੀਓ ਦੇ ਰਾਹੀਂ ਤੁਹਾਨੂੰ ਦੱਸਦੇ ਰਹਾਂਗੇ ਵੀ ਜਿੰਨਾ ਵੀ ਤੁਹਾਨੂੰ ਦਿਖਾਉਂਦੇ ਵੀ ਰਹਾਂਗੇ।